पंजाब कांग्रेस के नवे बने प्रधान नवजोत सिंह सिद्धू अज लुधियाना पहुंचे। सब तो पहला उन्होंने फोर्टिस हस्पताल जाके कांग्रेसी विधायक संजय तलवार की माता का हाल चाल जानिया, जिस तो बाद उन्होंने हस्पताल अपने पैर का इलाज भी करवाया। नवजोत सिंह सिद्धू ए सट अमृतसर लगी सी, उन्होंने फोर्टिस हस्पताल तो पट्टी करवाई, जिस तो बाद लुधियाना के विधायक और पंजाब कैबिनेट मंत्री भारत भूषण आशु की रिहायश पहुंचे। सब तो पहला जिहड़े साडे एम एल ए साहबान ने संजय तलवार जी, उन्होंने जी के माता जी का जो कि हॉस्पिटल दे विच सीरियसली इल ने, उन्होंने पता लैन वास्ते प्रधान साहब गए सी। उस तो बाद सारे विधायकों भारत भूषण आशु जी नूं, टाबर साहब नूं, अपने पांडे साहब नूं, कुलदीप वैद जी नूं, सारिआं दे ਘਰਾਂ ਦੇ ਵਿੱਚ ਇੱਕ ਸਿੰਬੋਲਿਕ ਵਿਜਿਟ ਜਿਹੜੀ ਹੈਗੀ ਹੈ, ਕਿਉਂਕਿ ਲੁਧਿਆਣੇ ਆਏ ਸੀਗੇ ਅਤੇ ਸਾਰਿਆਂ ਨੂੰ ਸਿੰਬੋਲਿਕ ਵਿਜਿਟ ਸਾਰਿਆਂ ਦੇ ਪਰਿਵਾਰਾਂ ਦੇ ਨਾਲ ਬੈਠ ਕੇ। ਸੋ ਉਹ ਇੱਕ ਛੋਟਾ ਜਿਹਾ ਇੱਕ ਪ੍ਰੋਗਰਾਮ ਸੀ। ਬੇਸਿਕਲੀ ਜਦੋਂ ਵੀ ਜਿਹੜਾ ਮੈਂ ਇਹ ਮਹਿਸੂਸ ਕਰਦਾ ਕਿ ਪ੍ਰਧਾਨ ਸਾਹਿਬ ਦਾ ਇੱਕ ਟੀਚਾ ਆ ਕਿ ਜਿਹੜੀ ਵਰਕਰ ਦੀ ਤਾਕਤ ਹੈਗੀ ਹੈ ਵਰਕਰ ਤੱਕ ਪਹੁੰਚਾਈ ਜਾਵੇ। ਸੋ ਉਹਦਾ ਇੱਕ ਸਭ ਤੋਂ ਪਹਿਲਾਂ ਇਹ ਹੈ ਕਿ ਉਹਦਾ ਮਾਨ ਸਨਮਾਨ ਜਿਹੜਾ ਹੈਗਾ ਉਹਦੇ ਘਰ ਜਾ ਕੇ ਉਹਦੇ ਪਰਿਵਾਰ ਦੇ ਨਾਲ ਬੈਠ ਕੇ ਉਹਨੂੰ ਇਹ ਮਹਿਸੂਸ ਹੋਵੇ ਕਿ ਉਹਨੂੰ ਕਿਸੇ ਕੋਲ ਜਾਣ ਦੀ ਲੋੜ ਨਹੀਂ। ਹੁਣ ਜਥੇਬੰਦੀ ਅਤੇ ਜਥੇਬੰਦੀ ਦਾ ਪ੍ਰਧਾਨ ਉਹਨਾਂ ਦੇ ਕੋਲ ਆਇਆ ਕਰੂ। ਨਹੀਂ ਦੇਖੋ, ਕੋਈ ਪੋਲੀਟੀਕਲ ਹਾਲੇ ਕੋਈ ਡਿਸਕਸ਼ਨ ਨਹੀਂ ਹੋਈ। ਇਹ ਉਹਨਾਂ ਦੀ ਜਿਹੜੀ ਵਿਜਿਟ ਸੀ ਇਹ ਫਲਾਇੰਗ ਵਿਜਿਟ ਸੀ ਉਹਨਾਂ ਦੀ, ਅਤੇ ਅਸੀਂ ਸਾਰੇ ਜਣੇ ਚਾਹੁੰਦੇ ਸੀ ਕਿ ਸਿੱਧੂ ਸਾਹਿਬ ਜਲਦੀ ਤੋਂ ਜਲਦੀ ਸਾਡੇ ਕੋਲ ਆਉਣ। ਸੋ ਮੈਂ ਧੰਨਵਾਦੀ ਹਾਂ ਸਰਦਾਰ ਨਵਜੋਤ ਸਿੰਘ ਸਿੱਧੂ ਦਾ ਕਿ ਉਹ ਸਾਡੇ ਕੋਲ ਅੱਜ ਹੀ ਆਏ। ਕੱਲ੍ਹ ਉਹਨਾਂ ਨੇ ਅਹੁਦਾ ਸੰਭਾਲਿਆ। ਤੁਹਾਨੂੰ ਵੀ ਪਤਾ ਕਿ ਕੱਲ੍ਹ ਇੱਕ ਬਹੁਤ ਵੱਡੀ ਟ੍ਰੈਜਡੀ ਮੋਗੇ ਵਿੱਚ ਹੋ ਗਈ ਸੀ, ਅਤੇ ਉਹ ਟ੍ਰੈਜਡੀ 'ਤੇ ਵੀ ਕੱਲ੍ਹ ਸਿੱਧੂ ਸਾਹਿਬ ਜਾ ਕੇ ਆਏ ਨੇ। ਮੈਂ ਧੰਨਵਾਦੀ ਹਾਂ ਕੱਲ੍ਹ ਵਾਲਾ ਜਿਹੜਾ ਸਾਡਾ ਫੰਕਸ਼ਨ ਹੋਇਆ, ਕੈਪਟਨ ਅਮਰਿੰਦਰ ਸਿੰਘ ਜੀ ਦਾ ਵੀ, ਨਵਜੋਤ ਸਿੰਘ ਸਿੱਧੂ ਦਾ ਵੀ। ਅੱਜ ਜਿਹੜੀ ਗੱਲ ਸਾਡੇ ਹਰੀਸ਼ ਰਾਵਤ ਜੀ ਨੇ ਕੀਤੀ ਉਹ ਵੀ ਬਹੁਤ ਜ਼ਰੂਰੀ ਹੈ। ਮੈਂ ਤੁਹਾਡੇ ਥਰੂ ਦੱਸਣਾ ਚਾਹੁੰਦਾ ਕਿ ਕਾਂਗਰਸ ਇੱਕ ਹੈ, ਸਾਡੇ ਜਿੰਨੇ ਵੀ ਸਾਡੇ ਵਰਕਰ ਨੇ ਚਾਹੇ ਕੋਈ ਵੀ ਅਹੁਦੇਦਾਰ ਹੈ, ਉਹਨਾਂ ਸਾਰਿਆਂ ਨੂੰ ਹਰੀਸ਼ ਰਾਵਤ ਜੀ ਨੇ ਵੀ ਟਵੀਟ ਰਾਹੀਂ ਬੇਨਤੀ ਕੀਤੀ ਹੈ, ਅਸੀਂ ਲੋਕ ਵੀ ਬੇਨਤੀ ਕਰਦੇ ਹਾਂ ਕਿ ਇਹ ਏਕਤਾ ਦਾ ਪ੍ਰਗਟਾਵਾ ਕਰੋ। ਏਕਤਾ ਦੇ ਵਿੱਚ ਹੀ ਸਾਰਾ ਕੁਛ ਹੈ। ਜੇ ਸਾਡੇ ਵਿੱਚ ਏਕਤਾ ਨਹੀਂ ਹੋਏਗੀ ਤਾਂ ਇਹਦੇ ਰਿਜ਼ਲਟ ਚੰਗੇ ਨਹੀਂ ਹੋਣਗੇ।